देखो जी, सब तो पहला तो मैं साढ़े ऑल इंडिया के प्रधान सोनिया गांधी, राहुल गांधी ते प्रियंका गांधी का बहुत बहुत धन्यवाद करता हाँ, जिन्हों ने 2022 नूं देखदे होए सरदार नवजोत सिंह सिद्धू नूं पंजाब का प्रधान बनाया। सो 2022 दे विच सिद्धू दे आउण नाल पंजाब दे विच दुबारा 2022 च सरकार रिपीट करूगी ते असी सोनिया गांधी दे सारिआं दे असी इन्हां दे धन्नवादी हां। पिछले कुछ समय तो नवजोत सिद्धू दा कैप्टन सीएम ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਨਾਰਾਜ਼ਗੀਆਂ ਕਿਵੇਂ ਦੂਰ ਹੋਣਗੀਆਂ? ਦੇਖੋ, ਵੱਡੀਆਂ ਪਾਰਟੀਆਂ ਨੇ, ਵੱਡੀਆਂ ਪਾਰਟੀਆਂ ਦੇ ਵਿੱਚ ਬਹੁਤ ਕੁਝ ਹੁੰਦਾ ਹੈ, ਨਾਰਾਜ਼ਗੀਆਂ ਵੀ ਹੁੰਦੀਆਂ ਨੇ, ਸਭ ਪਹਿਲਾਂ ਵੀ ਨਾਰਾਜ਼ਗੀਆਂ ਹੋਈਆਂ ਨੇ, ਦੂਰ ਵੀ ਹੁੰਦੀਆਂ ਰਹਿੰਦੀਆਂ ਨੇ। ਇਹ ਵੀ ਮਤਲਬ ਕਿ ਕੁਝ ਦਿਨਾਂ ਦੇ ਵਿੱਚ ਨਾਰਾਜ਼ਗੀਆਂ ਦੂਰ ਹੋ ਜਾਣਗੀਆਂ, ਕੋਈ ਐਸੀ ਗੱਲ ਨਹੀਂ ਹੈਗੀ। ਕਾਂਗਰਸ ਪਾਰਟੀ ਇੱਕ ਹੈ, ਕੈਪਟਨ ਵੀ ਸਾਡੇ ਹੀ ਨੇਗੇ, ਕੈਪਟਨ ਸਾਡੇ ਮੁੱਖ ਮੰਤਰੀ ਨੇ, ਨਵਜੋਤ ਸਿੰਘ ਜੀ ਪ੍ਰਧਾਨ ਨੇ, ਇਹ ਸਾਰੇ तालमेल नाल ही चलणगे और साडी सरकार जिहड़ी है कि 2022 दे विच अवश्य बनूगी। तुसीं सिंगला के कुछ समय तो लग रहा है कि जिहड़ा हिंदू कांग्रेस दा हिंदू कैडर आ ओह कांग्रेस इन्हां सिद्धू तो दूरियां बना रहा है, इहनूं किवें देखदे हो? नहीं देखो, इस तरह की कोई गल नहीं हैगी। मैं भी हिंदू हाँ, तकरीबन सारे नवजोत सिद्धू तो बहुत ज़्यादा खुश ने। तुसीं देखो किड्डे किड्डे काफले, किड्डे किड्डे हर एक मंत्री, हर एक MLA, हर एक वर्कर दे विच इन्ना उत्साह वध गया। ਜਿਹੜੇ ਅੱਜ ਲੱਡੂ ਵੰਡੇ ਜਾ ਰਹੇ ਨੇ ਸੰਗਰੂਰ ਸ਼ਹਿਰ ਦੇ ਵਿੱਚ, ਇਹ ਐਡਾ ਵੱਡਾ ਉਤਸ਼ਾਹ ਹੋ ਗਿਆ। ਨਵਜੋਤ ਸਿੰਘ ਸਿੱਧੂ ਜੀ ਆਏ ਨੇ, ਬਹੁਤ ਵੱਡੀ ਖੁਸ਼ੀ ਗੱਲ ਹੈ। ਅਗਰ ਜਦੋਂ ਨਵਜੋਤ ਸਿੰਘ ਜੀ ਸੰਗਰੂਰ ਆਉਣਗੇ ਤਾਂ ਅਸੀਂ ਇਸ ਤੋਂ ਵੀ ਵੱਡਾ ਇਕੱਠ ਕਰਕੇ ਉਹਨਾਂ ਦਾ ਪੁਰਜ਼ੋਰ ਸਵਾਗਤ ਕਰਾਂਗੇ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਸੰਗਰੂਰ ਤੋਂ ਜੋ ਸਾਡੇ ਵਿਧਾਇਕ ਨੇ ਜਾਂ ਸਾਡੇ ਮੰਤਰੀ ਨੇ, ਕੈਪਟਨ ਵਿਜੇਂਦਰ ਸਿੰਘਲਾ ਜੀ ਨੇ, ਜਾਂ ਸੰਗਰੂਰ ਜ਼ਿਲ੍ਹੇ ਦੇ 5 ਹੋਰ ਵਿਧਾਨ ਸਭਾ ਹਲਕੇ ਨੇ, ਕਿਸੇ ਵਿੱਚ ਵੀ ਇੰਨੀ ਖੁਸ਼ੀ ਨਹੀਂ ਮਨਾਈ ਗਈ ਜਿੰਨੇ ਪੂਰੇ ਪੰਜਾਬ ਵਿੱਚ ਸਿੱਧੂ ਦੇ ਪ੍ਰਧਾਨ ਬਣਨ ਦੇ ਮਨਾਈ ਜਾ ਰਹੀ ਹੈ। ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਵੀ ਇੱਥੇ ਖੁਸ਼ੀ ਨਹੀਂ ਹੈਗੀ। ਖੁਸ਼ੀ ਦੇਖੋ, ਅਸੀਂ ਵੀ ਕਾਂਗਰਸ ਪਾਰਟੀ ਦੇ ਵਰਕਰ ਹਾਂ, ਕਾਂਗਰਸ ਪਾਰਟੀ ਦੇ ਇਹ ਕਰਕੇ ਇਹ ਕੰਮ ਕਰ ਰਹੇ ਹਾਂਗੇ, ਨਾ ਕਿ ਅਸੀਂ ਕੋਈ ਹੋਰ ਪਾਰਟੀ ਨਾਲ ਆਂਗੇ। ਸੋ ਇਸ ਲਈ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਵੀ ਜਿਹੜਾ ਕੋਈ ਕਿਸੇ ਦਾ ਕੋਈ ਦੂਰੀਆਂ ਨੇ ਜਾਂ ਕੋਈ ਹੋਰ ਹੈ, ਜੋ ਕੋਈ ਮਾੜੀ ਮੋਟੀ ਮਨਮਟਾਪ ਹੋਊਗਾ ਉਹ ਕੁਝ ਦਿਨਾਂ ਦੇ ਵਿੱਚ ਹੀ ਸਭ ਠੀਕ ਹੋ ਜਾਊਗਾ। ਮਹਿੰਦਰਪਾਲ ਭੋਲਾ ਵੱਲੋਂ ਲੱਡੂ ਵੰਡ ਕੇ ਸਾਬਤ ਕਰ ਦਿੱਤਾ ਗਿਆ ਕਿ ਜੇ ਅਗਰ ਕੋਈ ਨਾਰਾਜ਼ਗੀਆਂ ਹੁੰਦੀਆਂ ਨੇ ਤਾਂ ਉਹ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਸੰਭਾਵਿਤ ਉਮੀਦਵਾਰ ਹੋਣਗੇ। ਦੇਖੋ, ਪਾਰਟੀ ਹਾਈ ਕਮਾਂਡ ਜੇ ਚਾਹੂਗੀ ਤਾਂ ਮੇਰਾ ਖਿਆਲ ਵੀ ਇਹਦੇ ਵਿੱਚ ਕੋਈ, ਕਿਉਂ ਬਹੁਤ ਸਾਲ ਹੋ ਗਏ ਸੇਵਾ ਕਰਦਿਆਂ ਨੂੰ ਪਾਰਟੀ ਦੀ, ਤਾਂ ਹੋ ਸਕਦਾ। ਤੁਹਾਡੇ ਵੱਲੋਂ ਪੂਰੀਆਂ ਤਿਆਰੀਆਂ ਨੇ? ਦੇਖੋ, ਮੇਰੇ ਵੱਲੋਂ ਪੂਰੀਆਂ ਤਿਆਰੀਆਂ ਨੇ, ਜੇ ਮੈਨੂੰ ਪਾਰਟੀ ਹੁਕਮ ਕਰੂਗੀ ਤਾਂ ਮੈਂ ਜ਼ਰੂਰ, ਨਹੀਂ ਮੈਂ ਕਾਂਗਰਸ ਪਾਰਟੀ ਦੇ ਨਾਲ ਆਪਣਾ ਵਫਾਦਾਰ ਸਿਪਾਹੀ ਹਾਂ, ਪਾਰਟੀ ਨਾਲ ਖੜਾ ਹਾਂ। ਕਾਂਗਰਸ ਪਾਰਟੀ ਅਗਰ ਮਹਿੰਦਰਪਾਲ ਭੋਲੇ ਨੂੰ ਆਪਣਾ ਕੈਂਡੀਡੇਟ ਉਮੀਦਵਾਰ ਸੰਗਰੂਰ ਤੋਂ ਚੁਣਦੀ ਆ ਤਾਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਅਸੀਂ ਤਨੋਂ ਮਨੋਂ ਹਰ ਇੱਕ ਢੰਗ ਨਾਲ ਭੋਲੇ ਦੀ ਮਦਦ ਕਰਾਂਗੇ, ਭੋਲੇ ਨਾਲ ਖੜੇ ਹਾਂ, ਨਾ ਕਿ ਪਾਰਟੀ ਨਾਲ, ਭੋਲੇ ਠੇਕੇਦਾਰ ਨਾਲ ਖੜੇ ਹਾਂ। जो भी जे भोल नूं टिकट मिलती है, जो भी सत होया असीं करांगे। ते तुसीं देख रहे हो भी संगरूर विच जिहड़ियां खुशियां ने नवजोत सिद्धू दे प्रधान बनने किस तरह मनाईयां जा रही हैं? बहुत ज़्यादा मनाईयां जा रही ने जी, उम्मीदां बहुत ज़्यादा ने उन्हां ते भी वो कुछ ना कुछ जरूर करनगे। देखो, एक बारी नवजोत सिद्धू आ गए जी, इन्हां 'च जान पै गई ते बिल्कुल करनगे सब ठीक है। लो जी, बस बाजी